ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਹੜੜ ਕਲਾਂ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਰਵਿੰਦਰ ਭਾਅ ਜੀ ਹੁਣਾਂ ਕੋਲ ਆਪਾਂ ਆਏ ਹਾਂ। ਅੱਜ ਤੁਹਾਨੂੰ ਤਿੰਨ ਸੂਈਆਂ ਗਾਵਾਂ ਤੁਹਾਨੂੰ ਦਿਖਾਵਾਂਗੇ ਅਤੇ ਇੱਕ ਤੁਕੜ ਗੱਬਨ ਚੈੱਕ ਪਾਸ ਤੁਹਾਨੂੰ ਦਿਖਾਉਣੀ ਹੈ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਜੀ? ਹਾਂਜੀ ਹਾਂਜੀ ਵਧੀਆ, ਤੁਸੀਂ ਸੁਣਾਓ? ਸਭ ਵਧੀਆ ਜੀ। ਹਾਂਜੀ ਹਾਂਜੀ, ਤੇ ਨਾਮ ਦੱਸ ਦਿਓ ਕਰੀ ਫਿਰ। ਹਰਵਿੰਦਰ ਸਿੰਘ ਆ, ਪਿੰਡ ਹੜੜ ਕਲਾਂ, ਨਵਾਂ ਪਿੰਡ ਤੇ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਵੀ ਬੋਲ ਦੋ। 84374268। ਠੀਕ ਆ। ਤੇ ਐਰਕੀ ਬੜੇ ਦਿਨ ਪਾਤੇ ਜੀ? ਆਹ ਗਰਮੀ ਕਰਕੇ ਕੋਈ ਝੋਨਾ ਝਾਨਾ ਲੱਗਣ ਡਿਆ ਸੀ। ਅੱਛਾ। ਤੇ ਜਿਹਦੇ ਕੋਲ ਵੀ ਜਾਈਦਾ ਹੈ ਗਾਹਕ ਕੋਲ, ਅੱਛਾ, ਉਹ ਆਂਦਾ ਮੈਂ ਬੰਬੀ ਦੇ ਜੇ ਮੈਂ ਇੱਥੇ ਆ, ਅੱਛਾ, ਕੱਲ ਨੂੰ ਆਇਓ ਅੱਜ ਨਾ ਆਇਓ। ਅੱਛਾ, ਉਹਦੇ ਕਰਕੇ ਫਿਰ ਚਲੋ ਆਪਾਂ ਕੱਲ ਫਿਰ ਗਏ ਹਾਂ ਲਿਆਂਦਾ ਮਾਲ। ਅੱਛਾ, ਠੀਕ ਆ। ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ। ਹਾਂਜੀ, ਤਾਜ਼ੀ ਸੂਈ ਆ, ਤਾਜ਼ੇ ਨਾੜੂ ਤੇ ਬੱਚਾ ਵੱਛੀ ਆ ਮਗਰ। ਹਾਂਜੀ, ਜਲਸੀ ਤੇ ਥਣ ਵੀ ਇਹਦੇ ਦੇਖ ਸਕਦੇ ਲਾਗੇ ਤੋਂ। ਹਾਂਜੀ, ਕਿੰਨਾ ਚਿਰ ਹੋ ਗਿਆ ਵਿਧੀ ਨੂੰ ਸੂਈ ਨੂੰ? ਇਹ ਪਰਸੋਂ ਸੂਈ ਜੀ, ਇੱਕ ਬੋਲਾ ਜੀ 10 ਕਿਲੋ। ਅੱਛਾ। ਹਾਂਜੀ, ਤੇ 10 ਕਿਲੋ ਹੈਗਾ ਮੁੱਕੇ ਤੇ ਪੱਕਾ? ਹਾਂ, ਪੂਰਾ ਬੋਲਾ। ਹਾਂਜੀ, ਤੋਰਾ ਵੀ ਛੱਤ ਸਾਫ ਕੀਤੀ ਆ। ਬਾਕੀ ਇਹ ਜਿਹੜੇ ਦੁੱਧੋਂ ਵੱਧ ਜਾਓਗੇ ਫਿਰ ਹੋਰ? ਦੁੱਧੋਂ ਇਹਦਾ 13 ਕਿਲੋ ਜਿਹੜਾ ਦੁੱਧ ਬੜੇ ਆਰਾਮ ਨਾਲ ਚਵਾਈ ਜਾਣਾ ਜੋ। ਠੀਕ ਹੈ, ਸੁਹਾ ਜੇ ਇਹਦਾ। ਅੱਛਾ। ਹਾਂਜੀ, ਇਹ ਵੀ ਪੱਕ ਕੇ ਜਵਾਨ ਹੋ ਗਏ ਸੂਈ ਆ। ਠੀਕ ਹੈ, ਪੱਕ ਕੇ ਸੂਈ ਆ ਥੋੜਾ। ਬਾਕੀ ਫਿਕਸ ਜਿਹਾ ਹਵਾਨਾ ਇਹਦਾ। ਉਧਰ ਠੰਡੀ ਤੇਰੀ ਆ ਵੀਰ ਜੀ? ਬੜੀ ਜ਼ਿਆਦਾ ਠੰਡੀ ਆ, ਤੁਹਾਨੂੰ ਹੁਣੇ ਵਿਖਾ ਦੇਣੇ ਇਸ ਤਰ੍ਹਾਂ ਹੀ ਬਹਿ ਗਏ। ਠੀਕ ਆ, ਮੰਨ ਲਓ ਇਸ ਤਰ੍ਹਾਂ ਕੋਈ ਗੱਲ ਹੀ ਨਹੀਂ ਕਰਦੀ, ਇਸ ਤਰ੍ਹਾਂ ਜਿੱਥੇ ਮਰਜ਼ੀ ਬੰਦਾ ਬੈਠਾ ਰਹੇ ਹੈ, ਕੋਈ ਮਤਲਬ ਨਹੀਂ। ਠੀਕ ਆ, ਮਰਜ਼ੀ ਆ ਤੋਂ ਪਿੱਛੋਂ ਦੀ, ਇੱਥੋਂ ਜਿੱਥੋਂ ਮਰਜ਼ੀ ਆ ਹੱਥ ਲਾ ਲਈ ਜਿੱਥੋਂ ਮਰਜ਼ੀ। ਠੀਕ ਆ, ਠੰਡੀ ਬੜੀ ਆ ਜੀ। ਤੇ ਮੁੱਲ ਫਿਰ ਇਹਦਾ? ਮੁੱਲ ਇਹਦਾ 40,000 ਜੀ। 40,000? 2,000 ਮਨ ਕਰਦਾਂਗੇ। ਅੱਛਾ, 2,000 ਮਨ ਕਰ ਦੋ, 38,000 ਦੇ ਦੋ। ਮੌਕੇ ਤੇ ਹੋਰ ਕਰ ਦੋਗੇ? ਕਰ ਦਾਂਗੇ, ਫੋਨ ਤੇ ਕੋਈ ਲਾਵੇ। ਕੋ ਫੋਨ ਇੱਕ ਰੀ ਲਾਵੇ ਜ਼ਰੂਰ, ਹਨਾ, ਖੁੱਲਾ ਕਰ ਦੋਗੇ ਮਨ ਤਨ? ਖੁੱਲਾ ਕਰਦਾ। ਠੀਕ ਆ। ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ, ਇਹਦੇ ਕੋਲ ਕਿੰਨਾ ਹੈ ਦੁੱਧ? ਇਹਦੇ ਕੋਲ 12 ਕਿਲੋ ਜੀ। ਅੱਛਾ। ਹਾਂਜੀ, ਤਿਆਰ ਹੈ ਲੀਟਰ ਵਾਲਾ। ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ? ਇਹਨੂੰ ਸੂਈ ਨੂੰ ਇਹੋ ਵੱਛੀ ਆ, ਹਾਂ ਜਿਹੜੀ ਆ। ਅੱਛਾ, ਕਾਲੀ ਵੱਛੀ ਆ? ਹਾਂਜੀ, ਇਹਦੀ ਵੱਛੀ। ਠੀਕ ਆ, ਇਹਦੀ ਵੱਛੀ ਆ ਮਗਰ। ਠੀਕ ਆ, ਘਰ ਵਾਲੇ ਤੇ ਕਹਿੰਦੇ 10 ਦਿਨ ਹੋ ਗਏ ਆ। ਅੱਛਾ, 12-13 ਦਿਨ ਹੋ ਗਏ ਹੋਣਗੇ, ਇੰਨਾ ਕੁ ਤਾਜ਼ਾ ਹੀ ਬੱਚਾ ਬਿਲਕੁਲ। ਠੀਕ ਆ। ਹਾਂਜੀ, ਤੇ ਦੁੱਧ ਜਿਹੜਾ ਹੁਣ 12 ਲੀਟਰ ਪੱਕਾ ਤਿਆਰ ਜੇ? ਤਿਆਰ ਜੇ, ਤਿਆਰ ਜੇ, ਜਿਹੜਾ ਘਰੋਂ ਚਵਾ ਕੇ ਦੋਗੇ? ਆਪਾਂ ਲੀਟਰ ਮਰਵਾ ਗਏ ਆ, ਠੰਡਾ ਕਰਕੇ ਤਸੱਲੀ ਕਰਕੇ ਘਲਾਵਾਂਗੇ, 3 ਡਾਂਗੇ ਚੋਵੇ, 4 ਚੋਵੇ। ਠੀਕ ਆ, ਉਹ ਇਹ ਸਾਡੀ ਗਾਰੰਟੀ, ਮੁੜ ਕੇ ਉਹਦੇ ਘਰ ਮਾਸਾ ਨਹੀਂ 1 ਮਿੰਟ ਦੀ ਵੀ ਨਹੀਂ ਪਾਈ ਜਾਣ ਦੇ। ਅੱਛਾ, ਇੱਥੇ ਸਾਡੀ ਗਾਰੰਟੀ ਆਪਣੇ ਘਰ ਆ, ਇੱਥੇ ਭਾਵੇਂ 4 ਦਿਨ ਚੋਈ ਜਾਵੇ ਜੇ ਆਪ ਚੋਈ ਜਾਵੇ, ਜੇ ਕੋਈ ਹਾਂ ਉਂਝ ਲੈਂਦਾ ਵੀ ਤੁਸੀਂ ਜ਼ਿੰਮੇਵਾਰੀ ਰੱਖਦੇ ਜੇ। ਅੱਛਾ, ਫਿਰ ਆਪਾਂ ਮੰਨ ਲਓ ਕਿਰਾਇਆ ਭਾੜਾ ਵੀ ਸਾਰਾ ਕੁਝ, ਜੇ ਕੋਈ ਮਾਸਾ ਵੀ ਗਲਤ ਨਿਕਲੇ ਸਾਡੀ। ਅੱਛਾ, ਕਰਜ਼ੇ ਕਰ ਲਓ। ਚਲੋ, ਪਰ ਇਹ ਆ ਵੀ ਇੱਥੇ ਜੋ ਜਾਣੇ ਵੀ ਆਪਣੀ ਤਸੱਲੀ ਚੋ ਇੱਥੇ ਇੱਥੇ ਜੋ ਕੇ ਖੜੋ, ਬਾਅਦ ਚ ਨਹੀਂ ਤੇ ਵੀਡੀਓ ਕਾਲ ਤੇ ਚਵਾ ਲਓ, ਬਾਅਦ ਚ ਉਹਦੇ ਕੋਈ ਗੱਲ ਰਵੇ ਹੀ ਨਾ, ਇੱਥੋਂ ਹੀ ਆਪਣੀ ਤਸੱਲੀ ਕਰਕੇ ਖੋਲੋ ਜਿਹੜਾ ਵਾ, ਜਾਂ ਇੱਥੇ ਆ ਜਾਓ, ਜੇ ਨਹੀਂ ਆ ਸਕਦੇ
ਤੇ ਵੀਡੀਓ ਕਾਲ ਤੇ ਚਵਾ ਲਓ। ਠੀਕ ਹੈ, ਤੁਰੋ ਹਾਂ ਫਿਰ, ਕਿਉਂਕਿ ਫੋਨ ਤੇ ਹੁਣ ਐਸੀ ਗੱਲ ਤੇ ਹੈ ਨਹੀਂ ਕਿ ਫੋਨ ਹੁੰਦੇ ਨਾ, ਅਸੀਂ ਲਿਆਉਂਦੇ ਅਸੀਂ ਚੋ ਕੇ ਲਿਆਉਂਦੇ ਆ। ਹਾਂਜੀ, ਤਿੰਨ ਤਿੰਨ ਵਾਰੀ ਜਾਣਾ ਪੈਂਦਾ ਕਈ ਵਾਰੀ। ਹਾਂਜੀ ਹਾਂਜੀ, ਜੇ ਸਾਨੂੰ ਡਾਊਟ ਹੋ ਜਾਂਦੀ ਤਿੰਨ ਵਾਰੀ ਵੀ ਚੋਣੇ ਆ। ਨਹੀਂ, ਚੋਣੀਆਂ ਚਾਹੀਦੀਆਂ ਵਾ। ਤੁਰੋ ਕਿ ਚੇਨ ਭਾਜੀ ਕੀ ਲਾਵਾਂ ਦਵਾਂਗੇ ਜਦੋਂ ਪੈਸੇ ਦੇਤੇ। ਹਾਂਜੀ ਹਾਂਜੀ, ਬਾਅਦ ਚੋਂ ਅਗਲੇ ਦੇ ਘੱਟ ਕਰ ਲਓ ਵੀ 10,000 ਆਪਣਾ, ਪਹਿਲਾਂ ਹੀ ਆਪਣੀ ਤਸੱਲੀ ਕਰਕੇ ਖੋਲੋ, ਬਾਅਦ ਚੋਂ ਜੋ ਆਪਾਂ ਇੱਧਰ ਉੱਧਰ ਕੋਈ ਗੱਲ ਕਰਨ ਵਾਲਾ ਚੰਗਾ ਹੀ ਆ। ਤੁਰੋ ਹਾਂ ਫਿਰ, ਠੀਕ ਹੈ ਜੀ। ਬਾਕੀ ਇਹ ਨੀ ਕਿ ਇਕੱਲੇ ਇੱਥੋਂ ਦੀ ਗੱਲ ਕਰਨੀ, ਕਿਤੇੋਂ ਵੀ ਲੈਣਾ ਵਾ ਗੱਲ ਕਰਨੇ, ਵੀ ਆਪਣੀ ਚਵਾਈ ਕਰਕੇ ਲਓ। ਕੋਈ ਵੀ ਵਪਾਰੀ ਵੀਰੇ ਉਹ ਵੀ ਪਿੱਛੋਂ ਆਪਣੀ ਤਸੱਲੀ ਕਰਕੇ ਲਿਆਉਂਦੇ ਆ, ਅਤੇ ਗਾਂ ਵੀ ਆਪਾਂ ਨੂੰ ਵੀ ਤਸੱਲੀ ਕਰਕੇ ਖੜਨੀ ਚਾਹੀਦੀ ਹੈ। ਉੱਤਰ ਇਹ ਆ ਵੀ ਕੱਦ ਕਾਠ ਇਹਦਾ ਚੰਗਾ ਵਾ, ਅਤੇ ਸਾਰੀਆਂ ਗਰਮੀ 'ਚ ਚੋਣ ਵਾਲੀਆਂ ਗਾਵਾਂ, ਗਰਮੀ ਝੱਲਣ ਵਾਲੀਆਂ ਵਾ ਜਿਹੜੀਆਂ। ਤੇ ਇਹਦਾ ਕਿੰਨਾ ਕੁ ਮੁੱਲ ਰੱਖਣਾ ਵੀਰ ਜੀ ਫਿਰ? ਮੁੱਲ ਇਹਦਾ ਜਾਇਜ਼ ਹੀ ਆ, ਇਹ ਵੀ ਚਲੋ ਥੋੜੀ ਜਿਹੀ ਲੱਸੀ ਆ। ਹਾਂਜੀ, ਦੁੱਧ ਹੋਰ ਕਰ ਜੂਗੀ, ਕੋਈ ਮੀਂਹ ਪੈਣ ਡਿਆ ਪਿਆ ਜੇ ਨਾ, ਮੌਸਮ ਦਾ ਫਰਕ ਪੈ ਗਿਆ ਉਸ ਤਰ੍ਹਾਂ ਕਿ ਦੋ ਦਿਨ ਆਰਾਮ ਨਾਲ ਕਰੀ ਜਾਣਾ। ਠੀਕ ਆ। ਹਾਂਜੀ, ਇਹ ਵੀ ਇਹਦਾ 35,000 ਮੁੱਲ ਜੇ, ਮਾਣ ਦੱਸੋ ਕਿੰਨਾ ਕਰਨਾ ਹੈ? 2,000 ਕਰ ਦਈਏ। 5 ਹੀ ਕਰ ਦੋ। ਅੱਛਾ, ਉਹ ਚੋਂ ਵੀ ਛੋੜ ਕਰ ਦਾਂਗੇ ਯਾਰ। ਅੱਛਾ, 29 ਦੇ ਦਾਂਗੇ ਯਾਰ। 29,000 ਦੀ ਦੇ ਦੋ ਤੇ ਦੁੱਧ ਬਾਰਨ ਜੈਸਨ ਹੋਈ ਏ। ਅੱਛਾ, ਇਹ ਜੈਸਨ ਹੋਈ ਆ। ਹਾਂ, ਛੋੜ ਹੀ ਹੋਣੀ 150 ਰੁਪਏ ਜਮਰ। ਠੀਕ ਆ, ਤੇ ਦੁੱਧ 12 ਲੀਟਰ ਘਰੋਂ ਚਵਾ ਦੋਗੇ? ਹਾਂਜੀ ਹਾਂਜੀ, 12 ਲੀਟਰ ਐ ਚਵਾ ਕੇ। ਤੇ ਹੁਣ ਇੱਕ ਆ ਚੰਗੇ ਕੱਦ ਕਾਠ ਵਾਲੀ ਗਾਂ ਆ ਇੱਕ, ਤੇ ਇਹਦਾ ਬੱਚਾ ਕਿਹੜਾ ਜੀ? ਇਹਦਾ ਵੱਛਾ ਜੀ। ਇਹਦੇ ਮਗਰ ਉਹ ਵੱਛਾ ਜੀ। ਠੀਕ ਆ, ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ? ਇਹਨੂੰ ਸੂਈ ਨੂੰ 15 ਦਿਨ ਹੋ ਗਏ ਜੀ। ਕੱਦ ਕਾਠ ਚੰਗਾ ਉੱਚਾ ਵਾ, ਤੇ ਸਾਂਭੀ ਕਿਸੇ ਨੇ ਥੋੜੀ ਜਿਹੀ ਘੱਟ ਆ, ਸਰੀਰ ਕਾਰਾ ਜਿਹਾ ਹੀ ਆ ਜਿਹੜਾ ਜਿਹੜਾ। ਤੇ ਦੁੱਧ ਕਿੰਨਾ ਤਿਆਰ ਕਰ ਗਈ ਜੀ? ਸੀਲ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਮਰਜ਼ੀ ਬੈਠੋ। ਠੀਕ ਆ, ਇਸ ਤਰ੍ਹਾਂ ਆ ਵਿੱਚੋਂ ਕੋਈ ਗੱਲ ਨਹੀਂ, ਧਾਰਾਂ ਵੀ ਕਹਿੰਦੇ ਤਾਂ ਮਰਵਾ ਦਿੰਦੇ ਆਪਾਂ। ਠੀਕ ਹੈ, ਚਵਾ ਵੀ ਬੜਾ ਵਧੀਆ, ਮੋਟੀ ਧਾਰ ਮੋਗੀ ਵਰਗੀ ਜੇ। ਠੀਕ ਆ ਜੀ, ਇਸ ਤਰ੍ਹਾਂ ਹੀ ਧਾਰਾਂ ਮਾਰੋ ਜਿਸ ਤਰ੍ਹਾਂ ਮਰਜ਼ੀ ਸੀਲ ਆ। ਠੀਕ ਆ, ਤੇ ਇਹਦੇ ਕੋਲ ਮੌਕੇ ਦੇ ਦੁੱਧ ਕਿੰਨਾ ਤਿਆਰ ਜੀ? ਇਹਦੇ ਕੋਲ 16 ਲੀਟਰ ਜੀ ਤਿਆਰ, ਜਿਹੜਾ ਬਿਲਕੁਲ। ਹਾਂਜੀ, ਕਿ ਜਿਹੜਾ ਘਰੋਂ ਬਿਲਕੁਲ ਜਿਹੜਾ ਚਵਾ ਕੇ ਦੋਗੇ ਕਿ ਠੰਡਾ ਕਰਕੇ 16 ਲੀਟਰ ਕੰਡੇ ਤੇ ਭਾਵੇਂ ਚਾੜ ਲੇ ਤੇ 15 ਕਿਲੋ। ਅੱਛਾ, ਲੀਟਰ ਵਾਲਾ 16 ਲੀਟਰ ਹੈ, ਕੰਡੇ ਤੇ ਚਾੜਨ ਵਾਲਾ 15 ਲੀਟਰ ਹੈ। ਤੋਰ ਹਾਂ ਫਿਰ ਇੱਕ, ਇਹ ਵੀ ਜਿੱਡੀ ਵੱਡੀ ਹੈ ਨਾ, 1 ਲੀਟਰ ਤੋਂ ਬਾਹਰ ਚੱਲਣ ਵਾਲੀ ਦਾ। ਠੀਕ ਆ, ਬਾਕੀ ਇਹ ਕਿ ਖੜੇ ਕੋਈ ਇੱਥੋਂ ਚਵਾਈ ਕਰਕੇ ਕੱਦ ਕਾਠ ਚੰਗਾ ਉੱਚਾ ਵਾ, ਥੋੜੀ ਸਾਂਭ ਘੱਟ ਕੀਤੀ ਗਈ ਹੈ ਇਹਦੀ ਗਾਂ ਦੀ। ਤੇ ਇਹਦਾ ਫਿਰ ਮੁੱਲ ਵੀਰ ਜੀ ਕਿੰਨਾ ਕੁ ਰੱਖਣਾ ਆਪਾਂ? ਮੁੱਲ ਤੇ ਵੇਖ ਲਓ, ਬਾਜ਼ਾਰ ਦੇ ਵਿੱਚ ਲੋਕੀ 60-60 ਏਡੀਆਂ ਗਾਵਾਂ ਦਾ ਕਰਨ ਡੇ ਆ। ਹਾਂਜੀ, 50-50 ਵੀ, ਪਰ ਇਹ ਵੀ ਆਪਾਂ 45,000 ਮੁੱਲ ਕਰ ਦਿੰਦੇ ਆ। ਅੱਛਾ, ਹਾਂਜੀ, ਤੇ ਛੋਟ ਵਿੱਚੋਂ ਕਰ ਦਿਓ? ਛੋਟ ਕਰਦਾਂਗੇ, 42 ਦੀ ਦੇ ਦਾਂਗੇ ਆਪਾਂ। ਅੱਛਾ, 42,000 ਦੀ ਦੇ ਦੋਗੇ? ਹਾਂਜੀ, ਬਾਕੀ ਚਲੋ ਕੋਈ ਫੋਨ ਲਾਵੇ ਥੋੜਾ ਬਾਦਾ ਮੌਕੇ ਤੇ ਹੋਰ ਕਰਦਾਂਗੇ ਹੋਰ। ਠੀਕ ਹੈ ਜੀ, ਤੇ ਹੁਣ ਇੱਕ ਟੋਕਰ ਗੱਬਣ ਵੀ ਹੈਗੀ ਅੱਜ? ਹਾਂਜੀ, ਟੋਕਰ ਗੱਬਣ ਇੱਕ ਲਿਆਂਦੀ ਹੈ। ਠੀਕ ਹੈ,
ਥਾਣਾ ਇਹਦੇ ਕਾਫੀ ਚੰਗਾ ਆ, ਆਹ ਦੇਖ ਸਕਦੇ ਹਾਂ। ਕਿੰਨੇ ਚਿਰ ਦੀ ਚੈੱਕ ਪਾਸ ਚ? ਇਹ ਨਾ ਇਹਨੂੰ 6ਵਾਂ ਮਹੀਨਾ ਲੱਗ ਗਿਆ ਜੀ, 5 ਮਹੀਨੇ ਪੂਰੇ ਹੋ ਗਏ। ਚੈੱਕ ਕਰਾਈ ਬਿਲਕੁਲ? ਚੈੱਕ ਕਰਾਈ ਬਿਲਕੁਲ। ਤੇ ਦੁੱਧ ਇਹ ਆਪਣੇ ਚਾਚਾ ਜੀ ਕੋਲ ਲਈ ਇੱਥੋਂ ਪਿੰਡੋਂ? ਅੱਛਾ, ਆਹੋ। ਤੇ ਦੁੱਧ ਦਿੰਦੀ ਜੀ? ਦੁੱਧ ਇੱਕ 5 ਕਿਲੋ ਜੀ ਹੈਗਾ। 5 ਕਿਲੋ ਦੁੱਧ, 5 ਕਿਲੋ ਪੱਕਾ ਦੁੱਧ ਧੋਰੋ ਹਾਂ ਫਿਰ ਇਹਨੂੰ। ਲੈ ਜਾ ਹੈਗੀ ਇਹ ਵੀ ਕਰੋਸ ਚ ਹੀ ਆ। ਥਣ ਥੁਣ ਵੀਰ ਜੀ ਚਾਰੇ ਓਕੇ ਜੇ? ਨਹੀਂ ਮੈਂ ਦੱਸਦਾ ਤੁਹਾਨੂੰ। ਅੱਛਾ, ਜਿਹੜਾ ਅਗਲਾ ਥਣ ਨਹੀਂ ਜੇ ਬਹਿਣੀ ਦਾ, ਬਹਿਣੀ ਤੋਂ ਪਰ ਦੂਜੇ ਬੰਨੇ ਵਾਲਾ? ਹਾਂਜੀ, ਉਹਦੇ ਚ 5-7 ਧਾਰਾ ਘੱਟ ਆ। ਅੱਛਾ, ਧਾਰਾ ਘੱਟ ਇੱਕ ਥਣ ਦੱਸਿਆ। ਬੜੇ ਵਧੀਆ ਬੰਦੇ, ਉਹਨਾਂ ਦੇ ਬੱਚੇ ਬਾਹਰ ਗਏ ਆ। ਅੱਛਾ, ਬੇਟਾ ਵੀ ਤੇ ਬੇਟੀ ਵੀ? ਅੱਛਾ, ਉਹਨਾਂ ਦੇ ਆਪਾਂ ਝੂਠ ਨਹੀਂ ਮਾਰਨਾ, ਤੁਸੀਂ ਦੱਸ ਦਿਓ। ਅੱਛਾ, ਤੇ ਆਪਾਂ ਵੀ ਦੱਸਿਆ, ਅੱਗੇ ਵੀ ਦੱਸ ਦਈਦਾ ਜਿਹੜਾ ਨੁਕਸ ਹੁੰਦਾ। ਆ ਨਹੀਂ ਦੱਸਣਾ ਚਾਹੀਦਾ ਹੀ, ਆਪਾਂ ਵੀ ਦੱਸਣਾ। ਅਗਲਾ ਭੈਣ ਭਰਾ ਆਪਣੀ ਸਮਝ ਨਾ ਲੈਂਦਾ, ਦੂਰੋਂ ਨੇੜੋਂ ਕਿਸੇ ਨੇ ਆਉਣਾ ਹੁੰਦਾ ਵਾ, ਚੀਜ਼ਾਂ ਦੱਸਣੀਆਂ ਚਾਹੀਦੀਆਂ। ਜੋ ਧਾਰਾ ਘੱਟ ਆ ਪਰਲੇ ਥਣ ਚ ਅਗਲੇ ਜ, ਹਾਂਜੀ, ਨਹੀਂ ਤਾਂ ਦੂਜੇ ਬੰਨੇ। ਠੀਕ ਆ। ਤੇ ਇਹ ਵੀ ਦੁੱਧ 5 ਲੀਟਰ ਪੱਕਾ। ਤੇ ਮੁੱਲ ਇਹ ਸੂਆ ਵੀ, ਇਹਨੇ ਦੂਜੇ ਸੂਏ ਸੂਈ ਆ, ਤੀਸਰੇ ਵਾਸਤੇ ਗੱਭਣ ਆ। ਅੱਛਾ, 5 ਮਹੀਨਿਆਂ ਦੀ ਪੂਰੀ ਗੱਭਣ, 6ਵਾਂ ਲੱਗ ਗਿਆ। ਠੀਕ ਆ, ਹਾਂਜੀ। ਤੇ ਇਹਦਾ ਫਿਰ ਮੁੱਲ? ਮੁੱਲ ਤੇ ਇਹਦਾ 25,000 ਜੀ। ਅੱਛਾ, ਬਾਕੀ ਜੋ ਵੀ ਕੁਛ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ। ਇੱਥੇ ਆ ਕੇ ਆਪਣੀ ਸਮਝ ਨਾ ਵੇਖ ਕੇ, ਮਰਜ਼ੀ ਨਾ ਵੇਖ ਕੇ ਤਸੱਲੀ ਕਰਕੇ ਖੜੋ ਜੀ।